इस ग्रह में कोई जागत रहे कह गाफल सोया, इस ग्रह में कोई जागत रहे साबत वस्त ओ अपनी लहे का गाफिल सोया, गाफिल होए के जन्म गवायो चोर मुसे कर आई, चोर मुसे घर आई गुना गवाई गंठड़ी, जे गुण हैं तद ही चिंता, तद ही फिकर है। जिन्हें अपने घर विच जहर दे ड्रम भर के रखे होने उन्हें की फिकर है, कोई चोरी करके ले जाएगा ले जाने वाला भी मरेगा। फिक्र उसे नुए चिंता उसे नुए चैन दी नींद उसे नुए बेदार जीवन विच ओ होई है जिंदे कार विच गुण ने। मैं एक वर्ष की तुसी जिन्ना दिना अंदर बच्ची दा व्याह होवे ना उन्हां दिनां विच मापे घर दी संभाल ज्यादा करदे ने। अजकल ते लॉकरां दा युग आ गया, लोग गहना गट्टा बनाई हुई समिगरी रख दिंदे ने उन्ने दिनां वास्ते लॉकरां विच, पहले नहीं सन हुंदे। लोग दाज घर बना लिया रखदे सन, बड़ा सुचेत रहना पैंदा सी, बड़ा जाग के फिकर ते चिंता विच रहना पैंदा सी। कोई अनजान मनुख जिन्नू चंगी तरह ना जानदे होइए कौन है किहो जे है उन्नू अपने घर दे वेड़े कोई नहीं सी वड़न दिंदा, क्योंकि घर विच संपदा पई है, बच्चे लिए दाज बनाया हुआ है। ते जे चोर घर विच आ गया घरों दाज लुटिया गया बच्ची नाल की लैके जाएगी। गुरु कहिंदे ने इसे तरह जिंदे जीवन विच गुण ने बापू है साडा गुरु, गुरु होए मेरे माई बाप, जीवन रूपी जीव रूप बच्चे नू प्रभु नाल व्याहण लई गुण इकट्ठे कीते ने, ए उन्हें दाज विच देने ने। गुरु ने भी आखिया हर पब मेरे बाबला हर देवो दान मैं दाजो, हर कपड़ो हर शोभा देवो जित सवरे मेरा काजो, मैनू गुणा दा दाज दे। एहो कारण श्री गुरु ग्रंथ साहिब ते इंदा सारा कंसेप्ट जीवन दे लई एक दाज है। गुण इकट्ठे हो गए, चोरां दी भी इसे लई इसे घर ते निगाह है, इंदे कोल गुणां दा दाज है ना। के जे सिख सौ गया जे सिख जरा अविसला हो गया ते चोर घर आने लई बैठा है, आ गया है, ये नहीं बैठा है अजे उड़ीक रहा, आ गया है। चोर हुण घर विच प्रवेश कर गया है। ते एक ख्याल करी जे गुणा दा दाज लुटिया गया फिर की लैके जाएगा,
ਗੁਰੂ ਕਹਿੰਦੇ ਨੇ ਨਾਨਕ ਨਾਨਕ ਸੁੱਤੀ ਪਈ ਏ ਨਾਨਕ ਸੁੱਤੀ ਪਈ ਏ ਜਾਨ ਬਿਰਤੀ ਸਨ ਅਵੇਸਲੀ ਹੋ ਗਈ ਜਿਹਦੇ ਲਈ ਦਾਜ ਤਿਆਰ ਕੀਤਾ ਸੀ ਉਹ ਅਵੇਸਲੀ ਹੋ ਗਈ ਚੋਰ ਘਰ ਵਿੱਚ ਪ੍ਰਵੇਸ਼ ਕਰ ਗਿਆ ਗੁਨਾ ਦੀ ਗੰਠੜੀ ਜਿਹੜੀਆਂ ਚੰਗਿਆਈਆਂ ਜਿਹੜੀ ਸ਼ਕਤੀ ਸੀ ਸਿੱਖੀ ਦੀ ਬਾਣੀ ਦੀ ਬਾਣੀ ਦੀ ਸਰੂਪ ਦੀ ਸਿਧਾਂਤ ਦੀ ਉਹਨੂੰ ਚੋਰ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਉਹ ਭਲੀਏ ਜਦੋਂ ਸਭ ਕੁਝ ਲੁੱਟਿਆ ਗਿਆ ਤੇਰੇ ਪੱਲੇ ਕੀ ਰਹੇਗਾ ਲੋਕ ਵੀ ਦੁਖੀ ਹੋ ਜਾਏਗੀ ਪਰ ਲੋਕ ਵੀ ਸੁਹੇਲਾ ਨਹੀਂ ਰਹਿਣਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਨਾਨਕ ਸੁੱਤੀ ਪਈਏ ਜਾਨ ਬਿਰਤੀ ਸਨ ਚੱਲੀ ਬਣ ਦੁਨੀਆ ਹੁਸ਼ਿਆਰ ਹੁਸ਼ਿਆਰ ਹੋ ਜਾਓ ਚੋਰ ਘਰ ਵਿੱਚ ਪ੍ਰਵੇਸ਼ ਕਰ ਗਿਆ ਹੋਰ ਦੁੱਖ ਦੀ ਗੱਲ ਕਿ ਪਹਿਰੇਦਾਰਾਂ ਦੀ ਮੌਜੂਦਗੀ ਵਿੱਚ ਪ੍ਰਵੇਸ਼ ਕਰ ਗਿਆ ਹੋਰ ਦੁੱਖ ਦੀ ਗੱਲ ਸਟਰੀਟ ਲਾਈਟ ਦੇ ਜਗਦਿਆਂ ਪ੍ਰਵੇਸ਼ ਕਰ ਗਿਆ ਅੰਧੇਰਾ ਹੀ ਹੋ ਜਾਵੇ ਨਾ ਤਦ ਵੀ ਚੋਰ ਨੂੰ ਜ਼ਿਆਦਾ ਚਾਂਸ ਮਿਲਦਾ ਹੈ ਜੇ ਪਹਿਰੇਦਾਰ ਸੌ ਜਾਏ ਤਦ ਵੀ ਜ਼ਿਆਦਾ ਚਾਂਸ ਮਿਲਦਾ ਆਮ ਸਾਡੇ ਜੀਵਨ ਦੀ ਗੱਲ ਹੈ ਚੋਰ ਘਰ ਵਿੱਚ ਪ੍ਰਵੇਸ਼ ਕਰ ਗਿਆ ਸਾਡੇ ਬੱਚਿਆਂ ਦੇ ਸੀਸ ਤੋਂ ਦਸਤਾਰ ਲੁੱਟੀ ਗਈ ਬੱਚਿਆਂ ਦੇ ਸੀਸ ਤੋਂ ਦਸਤਾਰ ਲੁੱਟੀ ਗਈ ਹੈ ਮੁੱਖ ਤੋਂ ਦਾੜਾ ਲੁੱਟਿਆ ਗਿਆ ਸੀਸ ਤੋਂ ਕੇਸ ਲੁੱਟੇ ਗਏ ਸਤ ਸੰਤੋਖ ਦਇਆ ਧਰਮ ਧੀਰਜ ਦਾ ਕੰਸੈਪਟ ਟੁੱਟਿਆ ਗਿਆ ਤੇਰੇ ਕੋਲ ਹੈ ਕੀ ਬਾਕੀ ਜਦੋਂ ਜਾਗੇਗਾ ਕੀ ਵੇਖੇਗਾ ਤੂੰ ਸਮਝਣਾ ਮੈਂ ਬੜਾ ਅਮੀਰ ਹੋ ਗਿਆ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਕਿਸੇ ਮਨੁੱਖ ਨੂੰ ਸੁਪਨਾ ਆਵੇ ਤੇ ਉਹ ਸੁਪਨਾ ਉਹਨੂੰ ਇੰਨਾ ਚੰਗਾ ਲੱਗੇ ਕਿ ਮੈਂ ਬੜੀ ਕਮਾਈ ਕਰ ਰਿਹਾ ਬੜੀ ਦੌਲਤ ਕਮਾ ਰਿਹਾ ਅਮੀਰ ਹੋ ਰਿਹਾ ਤੇ ਐਸਾ ਮਨੁੱਖ ਕਈ ਵਾਰੀ ਸੁਪਨੇ ਨੂੰ ਟੁੱਟਣ ਨਹੀਂ ਦੇਣਾ ਚਾਹੁੰਦਾ ਜੇ ਕੋਈ ਜਗਾਏ ਤਦ ਵੀ ਨਹੀਂ ਜਾਗਦਾ ਤੇ ਆਖਦਾ ਮੈਂ ਬੜਾ ਸੋਹਣਾ ਸੁਪਨਾ ਪਿਆ ਦੇਖਣਾ ਪਰ ਉਸੇ ਸੁਪਨੇ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਚੁੱਕੇ ਮਨੁੱਖ ਦੇ ਘਰ ਵਿੱਚ ਚੋਰ ਆ ਜਾਏ ਜਿੰਨੀ ਕੁ ਦੌਲਤ ਘਰ ਵਿੱਚ ਸੀ ਉਹ ਵੀ ਲੁੱਟ ਕੇ ਲੈ ਜਾਏ ਦਰਵਾਜ਼ੇ ਖੁੱਲੇ ਰਹਿ ਜਾਣ ਪੇਟੀਆਂ ਸੇਫ ਖੁੱਲੇ ਰਹਿ ਜਾਣ ਚਲਾ ਜਾਏ ਤੇ ਉਹ ਦਿਨ ਚੜ੍ਹਨ ਤੋਂ ਬਾਅਦ ਵੀ ਨਾ ਜਾ ਕੇ ਬੜਾ ਸੋਹਣਾ ਸੁਪਨਾ ਪਿਆ ਦੇਖਣਾ ਅਮੀਰ ਹੋ ਰਿਹਾ ਤੇ ਵੇਖ ਕੇ ਕੋਈ ਪੜੋਸੀ ਵੀ ਦਰਵਾਜ਼ਾ ਖੁੱਲ੍ਹਾ ਹੈ ਬਾਹਰ ਨਹੀਂ ਨਿਕਲਿਆ ਆਵੇ ਤੇ ਆ ਕੇ ਵੇਖੇ ਸੁੱਤਾ ਪਿਆ ਹੈ ਘਰ ਦੇ ਤਾਲੇ ਸਾਰੇ ਟੁੱਟੇ ਹੋਏ ਨੇ ਸੇਫ ਟੁੱਟੇ ਹੋਏ ਨੇ ਘਰ ਵਿੱਚ ਕੁਛ ਨਹੀਂ ਰਿਹਾ ਚੋਰ ਸਭ ਕੁਝ ਲੁੱਟ ਕੇ ਲੈ ਗਿਆ ਹੈ ਸੁੱਤਾ ਪਿਆ ਆ ਕੇ ਜਗਾਏ ਭਲਿਆ ਜਾਗ ਲੁੱਟਿਆ ਗਿਆ
ਉਹ ਸੁੱਤਾ ਹੋਇਆ ਮਨੁੱਖ ਅਚਾਨਕ ਜਾਗੇ ਤੇ ਆਖੇ ਆਹ ਬੜਾ ਸੋਹਣਾ ਸੁਪਨਾ ਤੇ ਬੜੀ ਦੌਲਤ ਕਮਾਈ ਬੜਾ ਅਮੀਰ ਹੋ ਗਿਆ ਉਹ ਆਖਦਾ ਲੁੱਟਿਆ ਗਿਆ ਉਹ ਕਹਿੰਦਾ ਮੈਂ ਬੜਾ ਅਮੀਰ ਹੋ ਗਿਆ ਉਹ ਆਖ ਰਿਹਾ ਲੁੱਟਿਆ ਗਿਆ ਉਹ ਕਹਿੰਦਾ ਮੈਂ ਬੜਾ ਅਮੀਰ ਹੋ ਗਿਆ ਹੁਣ ਅੱਗੇ ਤੇ ਦੋਨੋਂ ਹੀ ਸੱਚੇ ਨੇ ਜਿਹੜਾ ਆਖਦਾ ਲੁੱਟਿਆ ਗਿਆ ਉਹ ਵੀ ਸੱਚ ਆਖ ਰਿਹਾ ਹੈ ਜਿਹੜਾ ਆਖਦਾ ਬੜਾ ਅਮੀਰ ਹੋ ਗਿਆ ਉਹ ਵੀ ਸੱਚ ਪਿਆ ਕਹਿੰਦਾ ਸਿਰਫ ਫਰਕ ਇੰਨਾ ਹੈ ਉਹ ਸੱਚਾਈ ਨੂੰ ਆਖ ਰਿਹਾ ਹੈ ਉਹ ਜਾਗਰਤੀ ਅਵਸਥਾ ਨੂੰ ਆਖ ਰਿਹਾ ਹੈ ਉਹ ਅਸਲੀਅਤ ਬਿਆਨ ਕਰ ਰਿਹਾ ਹੈ ਜਿਹੜਾ ਆਖ ਰਿਹਾ ਲੁੱਟਿਆ ਗਿਆ ਤੇ ਜਿਹੜਾ ਕਹਿੰਦਾ ਨਾ ਮੈਂ ਬੜਾ ਅਮੀਰ ਹੋ ਗਿਆ ਉਹ ਸੁਪਨੇ ਦੀ ਦੁਨੀਆ ਵਿੱਚ ਫਿਰ ਰਿਹਾ ਹੈ